ਦੇਖੋ ਜਗ ਦੇ ਰੌਣਕ ਮੇਲੇ ਵੇਖੋ ਜਗ ਦੇ ਰੌਣਕ ਮੇਲੇ ਕੁਝ ਖੇਡਣ ਆਉਂਦੇ ਕੁਝ ਖੇਡ ਕੇ ਜਾਂਦੇ ਭੰਗੜੇ ਖੁਸ਼ੀਆਂ ਦੇ ਉਹ ਪਾਉਂਦੇ ਲਾਡਲੀਆਂ ਲਾਡ ਲੜਾਉਂਦੀਆਂ ਨੇ ਸੱਸਾਂ ਦੇ ਮੱਤਾਂ ਉਮਰਾਂ ਸਵਾਰਦੀਆਂ ਨੇ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਦੋਸਤੋ ਮੈਂ ਸਤਨਾਮ ਕੌਰ ਇੱਕ ਵਾਰ ਫਿਰ ਲੈ ਕੇ ਆਈ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਖੁਸ਼ੀਆਂ ਖੇੜੇ ਸਾਡੇ ਵਿਹੜੇ ਦੋਸਤੋ ਅੱਜ ਗੱਲ ਕਰਾਂਗੇ ਇੱਕ ਇਹੋ ਜਿਹੇ ਰਿਸ਼ਤੇ ਦੀ ਜੋ ਕਿ ਖੱਟਾ ਮਿੱਠਾ ਵੀ ਹੈ ਔਰ ਹਮੇਸ਼ਾ ਸ਼ੱਕ ਦੇ ਘੇਰੇ 'ਚ ਘਿਰਿਆ ਰਹਿੰਦਾ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸੱਸ ਔਰ ਨੂੰਹ ਦੀ ਇੱਕ ਇਹੋ ਜਿਹਾ ਰਿਸ਼ਤਾ ਜਦੋਂ ਵਿਆਹ ਹੁੰਦਾ ਹੈ ਇੱਕ ਨਵਾਂ ਰਿਸ਼ਤਾ ਸ਼ੁਰੂ ਹੁੰਦਾ ਹੈ ਇੱਕ ਨਵੀਂ ਨੀਂਵ ਰੱਖੀ ਜਾਂਦੀ ਹੈ ਲੇਕਿਨ ਇਹ ਰਿਸ਼ਤਾ ਮਧੁਰਤਾ ਦੇ ਨਾਲ ਸ਼ੁਰੂ ਤਾਂ ਹੁੰਦਾ ਹੈ ਲੇਕਿਨ ਅੱਗੇ ਜਾ ਕੇ ਇਸ ਰਿਸ਼ਤੇ 'ਚ ਖਟਾਸ ਵੀ ਆ ਜਾਂਦੀ ਹੈ ਅੱਜ ਗੱਲ ਕਰਾਂਗੇ ਇਸੇ ਰਿਸ਼ਤੇ ਲਈ ਔਰ ਇਹਦੇ ਨਾਲ ਜੁੜੀਆਂ ਹੋਈਆਂ ਉਹ ਸਾਰੇ ਪਹਿਲੂ ਦੀ ਜਿਹਦੇ ਨਾਲ ਸਾਡੀ ਜ਼ਿੰਦਗੀ ਹੋਰ ਮਧੁਰ ਹੋ ਸਕਦੀ ਹੈ ਸਾਡੇ ਨਾਲ ਨੇ ਪਿਛਲੀ ਵਾਰ ਦੀ ਤਰ੍ਹਾਂ ਅਨੀਤਾ ਦੀਦੀ ਜੀ ਅਨੀਤਾ ਦੀਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਓਮ ਸ਼ਾਂਤੀ ਓਮ ਸ਼ਾਂਤੀ ਦੀਦੀ ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਪਤੀ ਨਾਲ ਤਾਂ ਰਿਸ਼ਤਾ ਜੁੜਦਾ ਹੀ ਹੈ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਰਿਸ਼ਤੇ ਜੁੜ ਜਾਂਦੇ ਹੈ ਔਰ ਉਹਦੇ ਨਾਲ ਹੀ ਇਹ ਖਾਸਮ ਖਾਸ ਰਿਸ਼ਤਾ ਜੋ ਜੁੜਦਾ ਹੈ ਉਹ ਹੁੰਦਾ ਹੈ ਸੱਸ ਦਾ ਰਿਸ਼ਤਾ ਔਰ ਅੱਜ ਕੱਲ੍ਹ ਸੱਸ ਔਰ ਨੂੰਹ ਦਾ ਰਿਸ਼ਤਾ ਜੋ ਹੈ ਮਤਲਬ ਮਜ਼ਬੂਤੀ ਭਰਾ ਤਾਂ ਹੁੰਦਾ ਹੀ ਹੈ ਲੇਕਿਨ ਬਹੁਤ ਹੀ ਖਟਾਸ ਭਰਾ ਵੀ ਹੋ ਗਿਆ ਹੈ ਇਹਦੇ ਕਾਰਨ ਕੀ ਹੈ ਦੇਖੋ ਜੀ ਐਕਸੈਪਟੈਂਸ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਹੋਏਗੀ ਉਹਦੇ ਰਿਜ਼ਲਟ ਚੰਗੇ ਆਉਣਗੇ ਜ਼ਿਆਦਾਤਰ ਅਸੀਂ ਇਹ ਦੇਖਿਆ ਜਦੋਂ ਲੜਕੀਆਂ ਜਵਾਨ ਹੁੰਦੀਆਂ ਉਹ ਸ਼ਾਦੀ ਬਾਰੇ ਸੋਚਦੀਆਂ ਕਿ ਅਗਲੇ ਘਰ ਜਾਵਾਂਗੇ ਅਤੇ ਜ਼ਿਆਦਾਤਰ ਉਹਨਾਂ ਦੇ ਜਿਹੜੇ ਸੀਨ ਬਣਦੇ ਹੈ ਉਹ ਹਸਬੈਂਡ ਘੁੰਮਣਾ ਫਿਰਨਾ ਇਸ ਤਰ੍ਹਾਂ ਦੇ ਬਣਦੇ ਹੈ ਸਜਣਾ ਪੈਸਾ ਚੀਜ਼ਾਂ ਅਤੇ ਮਾਂ ਪਿਓ ਅਗਲੇ ਘਰ ਵਿੱਚ ਵੀ ਹੋਣਗੇ ਅਤੇ ਉਹਨਾਂ ਦੇ ਅੰਦਰ ਕੋਈ ਐਕਸਪੈਕਟੇਸ਼ਨ ਸਾਡੇ ਵਾਸਤੇ ਹੋਏਗੀ ਅਸੀਂ ਉਹਨਾਂ ਦੇ ਵਾਸਤੇ ਕੁਝ ਕਰਨਾ ਹੋਏਗਾ ਇਹ ਸੀਨ ਬਹੁਤ ਘੱਟ ਲੜਕੀਆਂ ਬਣਾਉਂਦੀਆਂ ਇਸ ਕਰਕੇ ਜਦੋਂ ਅਗਲੇ ਘਰ ਜਾਂਦੀਆਂ ਅਤੇ ਪ੍ਰੈਕਟੀਕਲ ਫੀਲਡ ਵਿੱਚ ਉਸ ਘਰ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਜਦੋਂ ਘਰ ਵਿੱਚ ਰਹਿੰਦੀਆਂ ਅਤੇ ਜਿਹੜੇ ਪਿਛਲੇ ਪੇਰੈਂਟਸ ਨੇ ਲੜਕੇ ਦੇ ਪੇਰੈਂਟਸ ਨੇ ਜਿਹੜੇ ਹੁਣ ਸੱਸ ਸਸੁਰ ਬਣ ਗਏ ਨੇ ਉਹ ਪਹਿਲਾਂ ਤੋਂ ਇੱਕ ਖੁਆਬ ਲੈ ਕੇ ਬੈਠਦੇ ਹੈ ਮੁੰਡਾ ਵੱਡਾ ਹੋਏਗਾ ਵਿਆਹ ਹੋਏਗਾ ਨੂੰ ਆਏਗੀ ਤੇ ਸਾਡੀ ਸੇਵਾ ਕਰੇਗੀ ਐਕਸਪੈਕਟੇਸ਼ਨ ਤੇ ਜਿਹੜੀ ਕੁੜੀ ਸੀਗੀ ਜਿਹਨੇ ਨੂੰ ਬਣਨਾ ਸੀ ਉਹਨੇ ਇਹ ਸੀਨ ਨਹੀਂ ਬਣਾਇਆ ਕਿ ਅੱਗੇ ਕੋਈ ਇਸ ਤਰ੍ਹਾਂ ਦਾ ਇੰਤਜ਼ਾਰ ਵੀ ਮੇਰਾ ਕਰ ਰਿਹਾ ਹੋਣਾ ਉਹਨੇ ਸੀਨ ਬਣਾਇਆ ਸਜਣਾ ਘੁੰਮਣਾ ਇਸ ਤਰ੍ਹਾਂ ਦੇ ਮੌਜ ਮਸਤੀ ਵਾਲਾ ਸੀਨ ਬਣਾਇਆ ਅਤੇ ਜਦੋਂ ਪ੍ਰੈਕਟੀਕਲ ਸਾਹਮਣਾ ਦੂਜੇ ਸੀਨ ਨਾਲ ਹੁੰਦਾ ਅਤੇ ਉਹ ਆਪਸ 'ਚ ਟਕਰਾਓ ਪੈਦਾ ਹੋ ਜਾਂਦਾ ਅਤੇ ਇਸ ਕਰਕੇ ਇੱਕ ਤਿਆਰੀ ਦੀ ਕਮੀ ਰਹਿ ਜਾਂਦੀ ਹੈ ਪਹਿਲੇ ਵਾਲੇ ਜਿਹੜੇ ਪੇਰੈਂਟਸ ਹੁੰਦੇ ਸੀ ਉਹ ਬੱਚੀ ਨੂੰ ਛੋਟੇ ਹੋਣ ਤੋਂ ਹੀ ਸਿਖਾਉਣ ਲੱਗ ਜਾਂਦੇ ਸੀ ਕਿ ਤੂੰ ਪਰਾਈ ਅਮਾਨਤ ਹੈ ਤੂੰ ਵੱਡੀ ਹੋਏਗੀ ਪਰਾਏ ਘਰ ਜਾਏਗੀ ਅਤੇ ਉੱਥੇ ਜਾ ਕੇ ਤੂੰ ਪੂਰਾ ਘਰ ਸੰਭਾਲਣਾ ਅਤੇ ਅੱਜ ਕੱਲ੍ਹ ਬੱਚੀ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੇਣ ਦੇ ਬਜਾਏ ਇਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਵੱਡੇ ਹੋ ਕੇ ਤੂੰ ਕਮਾਉਣਾ ਹੈ ਇਹ ਇਹ ਕੁਆਲੀਫਾਈ ਕਰਨਾ ਹੈ ਕੈਰੀਅਰ ਬਣਾਉਣਾ ਹੈ ਤਾਂ ਅਗਲੇ ਘਰ ਜਾਣਾ ਹੈ ਅਗਲੇ ਘਰ ਦੇ ਵਿੱਚ ਜਿਹੜਾ ਘਰ ਸੰਭਾਲਣ ਦਾ ਸੀਨ ਹੁੰਦਾ ਉਹਨੂੰ ਬਹੁਤ ਘੱਟ ਸਿਖਾਇਆ ਜਾਂਦਾ ਹੈ ਜਦੋਂ ਕਿ ਦੋਨਾਂ 'ਚ ਬੈਲੈਂਸ ਰੱਖਣ ਦੀ ਲੋੜ ਹੈ ਜੇ ਅਗਲੇ ਘਰ ਜਾ ਕੇ ਉਹਨੇ ਕਮਾਈ ਵੀ ਆਪਣੇ ਦਿਖਾਉਣੀ ਹੈ ਅਤੇ ਇਹ ਵੀ ਇੱਕ ਸਬਜੈਕਟ ਹੈ ਜਿਹੜਾ ਆਪਣਾ ਹੋਮ ਮੈਨੇਜਮੈਂਟ ਹੈ ਉਹ ਸਦੀਆਂ ਤੋਂ ਸਾਡੇ ਇੰਡੀਅਨ ਕਲਚਰ ਵਿੱਚ ਇਹ ਚੱਲਦਾ ਆ ਰਿਹਾ ਹੈ ਫੀਮੇਲਸ ਦੇ ਹਿੱਸੇ ਹੋਮ ਮੈਨੇਜਮੈਂਟ ਆਉਂਦੀ ਜਾਂਦੀ ਹੈ ਅਤੇ ਉਸ ਹੋਮ ਮੈਨੇਜਮੈਂਟ ਨੂੰ ਆਪਾਂ ਕਿਤੇ ਨਾ ਕਿਤੇ ਲੂਜ਼ ਕਰ ਬੈਠੇ ਹਾਂ ਇਸ ਕਰਕੇ ਜਿਹੜਾ ਮਿੱਠਾ ਰਿਸ਼ਤਾ ਹੈ ਹੌਲੀ ਹੌਲੀ ਖਟਾਸ ਵਿੱਚ ਬਦਲਣ ਲੱਗ ਜਾਂਦਾ
ਸਹੀ ਹੈ। ਬਟ ਅਗਰ ਪੇਰੈਂਟਸ ਵੀ ਇਹ ਸੋਚ ਰਹੇ ਨੇ ਕਿ ਕੁੜੀ ਦਾ ਕਰੀਅਰ ਬਣਨਾ ਚਾਹੀਦਾ ਹੈ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਜਾਏਗੀ, ਤਾਂ ਕੱਲ੍ਹ ਨੂੰ ਇਨ ਫਿਊਚਰ ਅਗਰ ਕੋਈ ਪ੍ਰੋਬਲਮ ਆਉਂਦੀ ਵੀ ਅੱਗੇ ਜਾ ਕੇ, ਤਾਂ ਕਮ ਸੇ ਕਮ ਉਹ ਆਪਣੇ ਪੈਰਾਂ 'ਤੇ ਖੜੀ ਹੈ ਅਤੇ ਉਸ ਚੀਜ਼ ਨੂੰ ਉਹ ਹੈਂਡਲ ਕਰ ਸਕਦੀ ਹੈ। ਨੋ ਡਾਊਟ ਕੈਰੀਅਰ ਬਣਾਉਣਾ ਬਹੁਤ ਚੰਗੀ ਗੱਲ ਹੈ, ਜੇ ਉਹ ਅਰਨਿੰਗ ਹੁੰਦੀ ਹੈ ਉਹ ਵੀ ਬਹੁਤ ਚੰਗੀ ਗੱਲ ਹੈ, ਲੇਕਿਨ ਰਹਿਣਾ ਤਾਂ ਘਰ ਵਿੱਚ ਹੈ ਨਾ। ਹਾਂਜੀ, ਰਿਸ਼ਤੇ ਤਾਂ ਉੱਥੇ ਵੀ ਹੈਗੇ ਆ ਨਾ, ਅਤੇ ਜਿੰਨਾ ਰਿਸ਼ਤਾ ਹਸਬੈਂਡ ਦਾ ਜ਼ਰੂਰੀ ਹੈ ਅਤੇ ਇੰਪੋਰਟੈਂਟ ਹੈ, ਅਤੇ ਉਹਨਾਂ ਹੀ ਆਪਣੇ ਸਿਰ ਦੇ ਉੱਪਰ ਕਿਸੇ ਵੱਡੇ ਦਾ ਹੱਥ ਵੀ ਜ਼ਰੂਰੀ ਹੈ। ਜੇ ਇੱਕ ਪੇਰੈਂਟਸ ਛੱਡ ਕੇ ਆਈ ਹੈ ਤੇ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅੱਗੇ ਵੀ ਮੈਨੂੰ ਪੇਰੈਂਟਸ ਹੀ ਮਿਲੇ ਹੈ, ਤੇ ਪੇਰੈਂਟਸ ਦੀ ਇਹ ਜਿਹੜੇ ਪੇਰੈਂਟਸ ਮਿਲੇ ਨੇ ਅੱਗੇ, ਇਹਨਾਂ ਦੀ ਮੈਂ ਸੇਵਾ ਕਰਨੀ ਹੈ, ਪਿਛਲੇ ਪੇਰੈਂਟਸ ਦੀ ਮੈਂ ਸੇਵਾ ਲੈ ਕੇ ਆਈ ਹਾਂ, ਤੇ ਉਸ ਬੀਜ ਦਾ ਮੈਂ ਹੁਣ ਫਲ ਦਿਖਾਉਣਾ ਹੈ। ਇਸ ਤਰ੍ਹਾਂ ਦੀ ਤਿਆਰੀ ਕਰਨਾ ਵੀ ਬਹੁਤ ਜ਼ਰੂਰੀ ਹੈ ਇੱਕ ਪਰਿਵਾਰ ਨੂੰ ਸੁੱਖ ਸ਼ਾਂਤੀ ਨਾਲ ਭਰਨ ਵਾਸਤੇ। ਇੱਕ ਨੂੰਹ ਦੇ ਔਰ ਇੱਕ ਕੁੜੀ ਦੇ ਪੁਆਇੰਟ ਆਫ ਵਿਊ ਤੋਂ ਅਗਰ ਆਪਾਂ ਦੇਖੀਏ ਕਿ ਵਿਆਹ ਤੋਂ ਬਾਅਦ ਮੰਨ ਲਓ ਅਗਰ ਕੰਮ ਨਹੀਂ ਕਰ ਰਹੀ ਹੈ, ਕਰੀਅਰ ਓਰੀਐਂਟਡ ਨਹੀਂ ਹੈ, ਸਿਰਫ ਹਾਊਸ ਵਾਈਫ ਹੀ ਹੈ, ਅਤੇ ਰਿਸਪੋਂਸੀਬਿਲਿਟੀ ਤਾਂ ਰਹਿੰਦੀ ਹੀ ਹੈ, ਨਾਲ ਦੀ ਨਾਲ ਜੋ ਰਿਸ਼ਤਾ ਉਹਦਾ ਸੱਸ ਨਾਲ ਹੋਣਾ ਚਾਹੀਦਾ ਉਹ ਅੱਛੀ ਤਰ੍ਹਾਂ ਨਾਲ ਡਿਵੈਲਪ ਨਹੀਂ ਹੋ ਪਾਉਂਦਾ ਅਗਰ ਉਹ ਵਰਕਿੰਗ ਨਹੀਂ ਹੈ ਤਾਂ ਵੀ, ਕਿਉਂਕਿ ਘਰ 'ਚ ਆਏ ਦਿਨ ਕੁਛ ਨਾ ਕੁਛ ਕੁਛ ਨਾ ਕੁਛ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ। ਛੋਟੀ ਛੋਟੀ ਗੱਲਾਂ ਨੂੰ ਹੀ ਲੈ ਲਓ, ਕਿਚਨ ਨੂੰ ਲੈ ਲਓ, ਸਭ ਤੋਂ ਜ਼ਿਆਦਾ ਸਮੱਸਿਆ ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਰਸੋਈ ਤੋਂ ਹੀ, ਰਸੋਈ ਘਰ ਤੋਂ, ਕਿ ਹੁਣ ਤੱਕ ਇੱਦਾਂ ਬਣਦਾ ਸੀ ਹੁਣ ਇੱਦਾਂ ਬਣਨਾ ਸ਼ੁਰੂ ਹੋਇਆ, ਜਾਂ ਮੈਂ ਬਣਾ ਰਹੀ ਹਾਂ ਤਾਂ ਮੇਰਾ ਬਣਿਆ ਤਾਂ ਇਹਨੂੰ ਪਸੰਦ ਹੀ ਨਹੀਂ ਆਉਂਦਾ ਹੈ ਨਾ। ਇਹ ਸਭ ਚੀਜ਼ਾਂ ਤੋਂ ਕਿੱਦਾਂ ਡੀਲ ਕਰਨਾ ਚਾਹੀਦਾ? ਇਹ ਦੋਨੋਂ ਪੱਖਾਂ ਨੂੰ ਸੋਚਣਾ ਚਾਹੀਦਾ ਕਿ ਇੱਕ ਟੋਟਲ ਫੈਮਿਲੀ ਦਾ ਲਿੰਕ ਹੋਇਆ ਦੂਜੀ ਫੈਮਿਲੀ ਨਾਲ, ਅਤੇ ਦੋ ਕਲਚਰ ਆਪਸ 'ਚ ਮਿਕਸ ਹੋ ਰਹੇ ਨੇ, ਅਤੇ ਦੋਨਾਂ ਨੂੰ ਇੱਕ ਦੂਜੇ ਦੇ ਬਾਰੇ ਐਕਸੈਪਟੈਂਸ ਦੀ ਲੋੜ ਪੈਂਦੀ ਹੈ ਕਿ ਜਿਹੜੀ ਕੁੜੀ 20-25 ਸਾਲ ਕਿਸੇ ਹੋਰ ਸੈਟਅਪ 'ਚ ਪਲ ਕੇ ਆਈ ਹੈ ਅਤੇ ਉਹਦੇ ਖਾਣ ਪਾਣ ਦੇ ਤਰੀਕੇ ਥੋੜ੍ਹੇ ਡਿਫਰੈਂਟ ਹੋਣਗੇ ਜ਼ਰੂਰ, ਅਤੇ ਪਹਿਲੇ ਵਾਲੇ ਮਾਂ ਬਾਪ ਨੂੰ ਜਿਹੜੇ ਹੁਣ ਸੱਸ ਸਸੁਰ ਬਣ ਗਏ ਹੈ, ਇਹ ਸੋਚਣਾ ਚਾਹੀਦਾ ਕਿ ਉਹ ਕੁਝ ਨਾ ਕੁਝ ਵੱਖਰਾ ਹੋਏਗਾ, ਤੇ ਥੋੜਾ ਬਹੁਤ ਉਹਨੂੰ ਆਜ਼ਾਦੀ ਵੀ ਦੇਣੀ ਪਏਗੀ, ਤੇ ਜਿਹੜੀ ਦੂਜੇ ਘਰੋਂ ਬੱਚੀ ਆਈ ਹੈ ਉਹਨੂੰ ਵੀ ਇਹ ਸੋਚ ਕੇ ਆਉਣਾ ਚਾਹੀਦਾ ਕਿ ਜਿਹੜੇ ਘਰ ਜਾ ਰਹੀ ਆ ਉੱਥੇ ਸਾਰਾ ਕੁਝ ਸਾਡੇ ਵਰਗਾ ਨਹੀਂ ਹੋਣਾ ਹੈ ਤੇ ਸਾਡੇ ਤੋਂ ਵੱਖਰਾ ਹੋਣਾ ਹੈ। ਸਾਨੂੰ ਇੱਕ ਆਦਤ ਪੈ ਗਈ ਹੈ, ਜਿਹੜੀ ਚੀਜ਼ ਮੇਰੇ ਅਕੋਰਡਿੰਗ ਨਹੀਂ ਹੋ ਰਹੀ, ਮੈਨੂੰ ਪਸੰਦ ਨਹੀਂ, ਉਹ ਚੀਜ਼ ਸਾਨੂੰ ਲੱਗਦਾ ਗਲਤ ਹੈ। ਉਹ ਗਲਤ ਨਹੀਂ ਹੁੰਦੀ, ਵੱਖਰੀ ਜ਼ਰੂਰ ਹੁੰਦੀ ਹੈ, ਅਤੇ ਵੱਖਰਾ ਹੋਣਾ, ਯੂਨੀਕਨੈਸ ਹੋਣਾ ਅਤੇ ਇਸ ਸੋਸਾਇਟੀ ਦੀ ਸ਼ਾਨ ਹੈ। ਹੋਣਾ ਇਹ ਚਾਹੀਦਾ, ਸਮਝੋ ਜਿਹੜੀ ਨੂੰਹ ਆਈ ਉਹਨੂੰ ਸਬਜ਼ੀਆਂ ਹੀ ਸਬਜ਼ੀਆਂ ਖਾਣਾ ਪਸੰਦ ਹੈ, ਅਤੇ ਜਿਹੜੀ ਪਹਿਲੇ ਮਦਰ ਹੈ ਉਹਨੂੰ ਦਾਲ ਹੀ ਦਾਲ ਪਸੰਦ ਹੈ, ਜਾਂ ਉਹਨੂੰ ਨਮਕ ਮਿਰਚ ਤੇਜ਼ ਪਸੰਦ ਹੈ, ਅਤੇ ਜਿਹੜੀ ਨੂੰਹ ਆਈ ਹੈ ਉਹਨੂੰ ਨਮਕ ਮਿਰਚ ਫਿੱਕਾ ਪਸੰਦ ਹੈ। ਸਮਝੋ ਪਸੰਦ ਦਾ ਹੀ ਵੱਖਰਾ ਵੱਖਰਾ ਹੋਣਾ ਹੈ ਨਾ, ਅਤੇ ਉਹ 'ਤੇ ਮਿਲ ਕੇ ਆਪਸ 'ਚ ਗੱਲਬਾਤ ਕਰਕੇ ਕਿ ਇਹ ਚੀਜ਼ ਤੇਰੀ ਤੇਰੀ ਪਸੰਦ ਦੀ ਬਣਾ ਲਵਾਂਗੇ, ਇਹ ਚੀਜ਼ ਸਾਡੀ ਪਸੰਦ ਦੀ ਬਣਾ ਲਵਾਂਗੇ। ਹੁੰਦਾ ਇਹ ਹੈ ਕਿ ਦੋਨੋਂ ਪਾਸੇ ਇੱਕ ਰਿਜਿਡਿਟੀ ਹੋ ਜਾਂਦੀ ਹੈ ਕਿ ਜਿਹੜਾ ਮੈਨੂੰ ਪਸੰਦ ਹੈ ਦੈਟ ਇਜ਼ ਫਾਈਨਲ। ਉਹਨਾਂ ਨੂੰ ਲੱਗਦਾ ਕਿ ਮੈਂ ਵੱਡੀ ਹਾਂ, ਤੂੰ ਕੌਣ ਹੁੰਦੀ ਹੈ ਕਹਿਣ ਵਾਲੀ, ਉਹਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਪਤਾ, ਇਹ ਮੇਰਾ ਪਤੀ ਹੈ ਤੇ ਮੇਰਾ ਘਰ ਹੈ ਤੇ ਇੱਥੇ ਮੇਰਾ ਹੁਕਮ ਚੱਲਣਾ ਚਾਹੀਦਾ। ਇੱਥੇ ਵੀ ਕਿਤੇ ਨਾ ਕਿਤੇ ਇੰਪੋਰਟੈਂਸ ਔਰ ਈਗੋ ਦੀ ਵੀ ਗੱਲ ਆ ਜਾਂਦੀ ਹੈ, ਕਿਉਂਕਿ ਹੁਣ ਤੱਕ ਜੋ ਇੰਪੋਰਟੈਂਸ ਸੀ ਉਹ ਜ਼ਿਆਦਾਤਰ ਮਦਰ ਨੂੰ ਮਿਲ ਰਹੀ ਸੀ, ਔਰ ਜੋ ਮੁੰਡਾ ਹੁੰਦਾ ਹੈ ਉਹਦੀ ਇੰਪੋਰਟੈਂਸ ਫਿਰ ਅਚਾਨਕ ਜੋ ਹੈ ਉਹ ਵਾਈਫ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ, ਤਾਂ ਥੋੜ੍ਹੀ ਜਿਹੀ ਇਨਸਿਕਿਉਰਿਟੀ ਵਾਲੀ ਫੀਲਿੰਗ ਵੀ ਆ ਜਾਂਦੀ ਹੈ ਕਿਤੇ ਨਾ ਕਿਤੇ। ਕਿਤੇ ਮਦਰ ਨੂੰ ਲੱਗੇਗਾ ਮੁੰਡਾ ਮੇਰੇ ਹੱਥੋਂ ਗਿਆ, ਕਿਤੇ ਕੁੜੀ ਨੂੰ ਲੱਗੇਗਾ ਕਿ ਹਸਬੈਂਡ ਮੇਰੇ ਹੱਥੋਂ ਗਿਆ ਜੇ ਉਹ ਮਾਂ ਵੱਲ ਜ਼ਿਆਦਾ ਜਾਂਦਾ। ਅਸਲ 'ਚ ਸਿਰਫ ਅੰਦਰ ਇੱਕ ਐਕਸੈਪਟੈਂਸ ਦੀ ਲੋੜ ਹੈ ਕਿ ਜਿਹੜੇ ਸੱਸ ਸਸੁਰ ਬਣੇ ਨੇ ਉਹ ਉਹਦੇ ਬਦਲੇ ਮਾਂ ਬਾਪ ਹੀ ਬਣੇ ਰਹਿਣ, ਉਹ ਸੋਚਣ ਕਿ ਸਾਡੀ ਬੇਟੀ ਹੀ ਹੈ ਜਿਹੜੀ ਹੁਣ ਇਸ ਤਰ੍ਹਾਂ ਬਿਹੇਵ ਕਰ ਰਹੀ ਹੈ, ਅਤੇ ਆਪਣੀ ਬੇਟੀ ਦਾ ਵੀ ਬਿਹੇਵੀਅਰ ਬਹੁਤ ਵਾਰੀ ਇੱਦਾਂ ਦਾ ਹੁੰਦਾ ਜਿਹੜਾ ਪੇਰੈਂਟਸ ਦੇ ਇੱਛਾਵਾਂ ਤੋਂ ਡਿਫਰੈਂਟ ਹੁੰਦਾ, ਫਿਰ ਵੀ ਆਪਾਂ ਉਹਨੂੰ ਐਕਸੈਪਟ ਕਰਕੇ ਤੇ ਢੱਕ ਕੇ ਰੱਖੀਦਾ। ਜਗ੍ਹਾ ਇੱਥੇ ਗੱਲ ਇਹ ਆਉਂਦੀ ਹੈ ਕਿ ਕੁੜੀ ਜੇ ਥੋੜ੍ਹਾ ਜਿਹਾ ਉੱਚੀ ਆਵਾਜ਼ 'ਚ ਵੀ ਗੱਲ ਕਰ ਲੇਗੀ ਤੇ ਮਾਂ ਸਹਿਨ ਕਰ ਲੈਂਦੀ ਹੈ, ਲੇਕਿਨ ਜੇ ਨੂੰਹ ਨੇ ਉੱਚੀ ਆਵਾਜ਼ 'ਚ ਗੱਲ ਕੀਤੀ ਤੇ ਉਹ ਗੱਲ ਸਹਿਨ ਨਹੀਂ ਹੁੰਦੀ, ਸਹਿਨ ਨਹੀਂ ਹੁੰਦੀ, ਤੇ ਅਸੀਂ ਜਗ੍ਹਾ ਜਗ੍ਹਾ ਉਹਨੂੰ ਦੱਸਣਾ ਵੀ ਸ਼ੁਰੂ ਕਰ ਦਿੰਦੇ ਹਾਂ ਕਿ ਇੱਦਾਂ ਕਰਦੇ ਇੱਦਾਂ ਕਰਦੇ ਇੱਦਾਂ ਕਰਦੇ ਆ, ਅਤੇ ਉਹਨੂੰ ਸਮਝਣਾ ਚਾਹੀਦਾ ਕਿ ਇਹ ਮੇਰੀ ਆਪਣੀ ਪੈਦਾ ਕੀਤੀ ਹੋਈ ਹੀ ਬੇਟੀ ਹੈਗੀ ਹੈ, ਅਤੇ ਜੇ ਇਹਦੀਆਂ ਗੱਲਾਂ ਥੋੜ੍ਹੀਆਂ ਵੱਖਰੀਆਂ ਹੈਗੀਆਂ ਹੈ ਤਾਂ ਉਹ ਵੀ ਕੋਈ ਗੱਲ ਨਹੀਂ,
ਉਹ ਆਪਣੀ ਬੇਟੀ ਸਮਝ ਕੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਤੇ ਜਿਹੜੀ ਨੂੰਹ ਹੈ ਉਹ ਵੀ ਸਮਝੇ ਕਿ ਜਿੱਦਾਂ ਦਾ ਵੀ ਇਹ ਬਿਹੇਵ ਕਰ ਰਹੇ ਨੇ ਆਖਿਰ ਮੇਰੀ ਮਾਂ ਹੀ ਹੈ। ਜੇ ਅੰਦਰੋਂ ਉਹਨੂੰ ਮਾਂ ਸਮਝੇਗੀ ਤੇ ਉਹ ਜਿਹੜਾ ਆਪਣਾ ਉਪਰੋਂ ਰੁੱਖਾ ਵਿਵਹਾਰ ਦਿਖਾ ਰਹੇ ਨੇ ਥੋੜੇ ਦਿਨਾਂ 'ਚ ਬਦਲ ਜਾਏਗਾ। ਜੇ ਉਹਨੂੰ ਬੇਟੀ ਸਮਝ ਰਹੇ ਨੇ ਤੇ ਉਹ ਬੇਟੀ ਸਮਝਦੇ ਹੋਏ ਉਹਨੂੰ ਆਪਣੀ ਪੋਜ਼ਿਟਿਵ ਐਨਰਜੀ ਭੇਜਣਗੇ ਤੇ ਉਹ ਵੀ ਥੋੜੇ ਦਿਨਾਂ 'ਚ ਚੇਂਜ ਹੋ ਸਕਦੀ ਹੈ, ਪਰ ਮਿਊਚੁਅਲ ਹੋਣਾ ਚਾਹੀਦਾ। ਇੱਥੇ ਇੱਕ ਹੋਰ ਗੱਲ ਦੇਖੀ ਜਾਂਦੀ ਹੈ ਕਿ ਇਹਨਾਂ ਦੋ ਰਿਸ਼ਤਿਆਂ 'ਚ ਜੋ ਸਭ ਤੋਂ ਜ਼ਿਆਦਾ ਪਿਸਦਾ ਹੈ ਉਹ ਪਿਸਦਾ ਹੈ ਮੁੰਡਾ, ਜਾਂ ਫਿਰ ਜਾਂ ਤਾਂ ਸੱਸ ਦਾ ਸਹੁਰਾ ਜੋ ਹੋ ਗਿਆ ਜਿਹਨੂੰ ਕਹਿੰਦੇ ਆ, ਜਾਂ ਫਿਰ ਮੁੰਡਾ। ਅਤੇ ਇਹ ਬੈਲੈਂਸ ਕਿੱਦਾਂ ਬਣਾ ਕੇ ਚੱਲਿਆ ਜਾਵੇ ਸੱਸ ਅਤੇ ਨੂੰਹ ਦੇ ਵਿੱਚ, ਕਿਉਂਕਿ ਜੋ ਇੱਕ ਬੰਦਾ ਹੈ ਉਹ ਨਾ ਮਾਂ ਦੀ ਸਾਈਡ ਲਏਗਾ ਤਾਂ ਫਿਰ ਘਰਵਾਲੀ ਬੋਲੇਗੀ, ਅਗਰ ਘਰਵਾਲੀ ਦੀ ਸਾਈਡ ਲਏਗਾ ਤਾਂ ਫਿਰ ਮਾਂ ਬੋਲੇਗੀ ਕਿ ਹੁਣ ਤਾਂ ਮੁੰਡਾ ਮੇਰਾ ਹੱਥੋਂ ਨਿਕਲ ਗਿਆ। ਉਹ ਬੈਲੈਂਸ ਕਿੱਦਾਂ ਮੇਨਟੇਨ ਕਰੀ? ਉਹਨੂੰ ਬਹੁਤ ਗਹਿਰੀ ਸੂਝਬੂਝ ਦੀ ਜ਼ਰੂਰਤ ਹੈ। ਉਹ ਹਰ ਗੱਲ ਦੇ ਵਿੱਚ ਬੋਲਣ ਦੇ ਬਜਾਏ ਉਹਨੂੰ ਥੋੜ੍ਹਾ ਜਿਹਾ ਡਿਟੈਚਡ ਓਬਜ਼ਰਵਰ ਹੋ ਕੇ ਆਪਣਾ ਰੋਲ ਪਲੇਅ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ, ਜੇ ਉਹਦਾ ਵਿਆਹ ਹੋ ਗਿਆ ਅਤੇ ਆਪਣੇ ਪੇਰੈਂਟਸ ਨਾਲ ਜਿਹੜੀ ਡਿਊਟੀਜ਼ ਉਹ ਪਰਫੋਰਮ ਕਰ ਰਿਹਾ ਸੀ ਉਹਦੇ 'ਚ ਜ਼ਰਾ ਵੀ ਫਰਕ ਨਹੀਂ ਪਾਉਣਾ ਚਾਹੀਦਾ। ਅਤੇ ਨਾਲ ਹੀ ਨਾਲ ਜਦੋਂ ਵਾਈਫ ਉਹਦੀ ਘਰ ਵਿੱਚ ਆਉਂਦੀ ਹੈ ਅਤੇ ਉਹਨੂੰ ਵੱਡੇ ਵੱਡੇ ਸੀਨ ਨਾ ਦਿਖਾਏ ਕਿ ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਜਿਹਨੂੰ ਆਪਾਂ ਬੂਸਟਿੰਗ ਕਹਿੰਦੇ ਹਾਂ, ਪਹਿਲਾਂ ਹੀ ਇੱਕ ਨੋਰਮਲ ਰੀਅਲਿਸਟਿਕ ਸ਼ੋਅ ਹੋਣਾ ਚਾਹੀਦਾ ਕਿ ਤੁਸੀਂ ਜਿੱਦਾਂ ਦੇ ਹੈਗੇ ਹੋ ਉੱਦਾਂ ਦਾ ਹੀ ਤੁਸੀਂ ਸ਼ੋਅ ਕਰੋ। ਅਤੇ ਉਹਨੂੰ ਇੱਕ ਫੀਲਿੰਗ ਦੇਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਮਿਲ ਜੁਲ ਕੇ ਹੀ ਚਲਾਉਣਾ ਹੈ ਅਤੇ ਵਾਈਫ ਨੂੰ ਓਨਾ ਹੀ ਟਾਈਮ ਦੇ ਜਿੰਨਾ ਜ਼ਰੂਰੀ ਹੈ, ਬਾਕੀ ਆਪਣੀ ਡਿਊਟੀਜ਼ ਦੋਨੋਂ ਪਾਸੇ ਉਹ ਨਿਭਾਉਣ ਦੇ ਨਾਲ ਨਾਲ ਬੋਲੇ ਘੱਟ ਅਤੇ ਯੁਕਤੀ ਨਾਲ ਦੋਨਾਂ ਪਾਸੇ ਉਹਨੂੰ ਦੋਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਇਹ ਨਾਲੇ ਇੱਕ ਗੱਲ ਉਹਨੂੰ ਹੋਰ ਵੀ ਧਿਆਨ ਰੱਖਣੀ ਚਾਹੀਦੀ ਹੈ ਕਿ ਉਹ ਕੰਨ ਦਾ ਕੱਚਾ ਨਾ ਹੋਵੇ। ਕੰਨ ਦਾ ਕੱਚਾ ਇਹ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ, ਹਾਂ, ਕਿ ਜਿਹਨੇ ਜੋ ਗੱਲ ਕਹੀ ਉਹਦੇ ਪ੍ਰਭਾਵ ਵਿੱਚ ਆ ਜਾਏਗਾ। ਸਮਝੋ ਆਫਿਸ ਤੋਂ ਆਇਆ ਹੈ, ਉਹਦੀ ਵਾਈਫ ਨੇ ਦੱਸਿਆ ਤੁਹਾਡੀ ਮੰਮੀ ਨੇ ਇਹ ਕੀਤਾ ਉਹ ਕੀਤਾ, ਤੋ ਸਿੱਧਾ ਜਾ ਕੇ ਮਾਂ ਨੂੰ ਲੜਨ ਲੱਗ ਜਾਏ? ਨਹੀਂ, ਅੰਦਰ ਸਾਇਲੈਂਟਲੀ ਓਬਜ਼ਰਵ ਕਰਨਾ ਚਾਹੀਦਾ ਕਿ ਇਹ ਯੰਗ ਲੜਕੀ ਹੈ, ਇਹਨੂੰ ਆਪਣੇ ਹਿਸਾਬ ਨਾਲ ਕੋਈ ਗੱਲਾਂ ਜਚੀਆਂ ਨਹੀਂ ਹੋਣੀਆਂ, ਪਰ ਇਹਦਾ ਇਹ ਮਤਲਬ ਨਹੀਂ ਕਿ ਮੇਰੀ ਮਾਂ ਖਰਾਬ ਹੈ। ਪਰ ਇਹ ਉਹਨੂੰ ਕਹਿ ਵੀ ਨਾ ਦੇ ਕਿ ਤੈਨੂੰ ਤਾਂ ਐਵੇਂ ਹੀ ਲੱਗ ਰਿਹਾ, ਉਹਦੇ ਅੱਗੇ ਹਾਂਜੀ ਕਰਕੇ ਚੁੱਪ ਕਰਕੇ। ਜੇ ਮਾਂ ਨੇ ਸਮਝੋ ਉਹਨੂੰ ਦੱਸਿਆ ਕਿ ਇਹ ਸਾਰਾ ਦਿਨ ਤਾਂ ਸੁੱਤੀ ਰਹੀ, ਇਹ ਵੀ ਨਹੀਂ ਕਰਦੀ ਉਹ ਵੀ ਨਹੀਂ ਕਰਦੀ, ਅਤੇ ਇਹ ਵੀ ਨਾ ਸਮਝ ਲਏ ਕਿ ਮਾਂ ਨੇ ਸਾਰੀ ਗੱਲ ਰੀਅਲ ਦੱਸੀ ਹੋਣੀ। ਹੋ ਸਕਦਾ ਉਹਨੇ 4 ਕੰਮ ਕੀਤੇ ਹੋਣ, 6 ਕੰਮ ਨਾ ਕੀਤੇ ਹੋਣ, ਅਤੇ ਉਹ ਵਾਈਫ ਨੂੰ ਸਿੱਧਾ ਕਹਿਣ ਆ ਜਾਏ ਕਿ ਮੈਨੂੰ ਪਤਾ ਚੱਲਿਆ ਤੂੰ ਸਾਰਾ ਦਿਨ ਸੁੱਤੀ ਰਹਿੰਦੀ ਹੈ। ਮੈਨੂਪੁਲੇਟ ਕਰਨਾ ਆਉਣਾ ਚਾਹੀਦਾ ਸਮਝਦਾਰੀ ਨਾਲ, ਸਮਝਦਾਰੀ ਨਾਲ ਦੋਨੋਂ ਪਾਸੇ ਗੱਲ ਬਚਾ ਲਏ। ਉਹਦੀ ਗੱਲ ਉਹਦੇ ਅੱਗੇ ਨਾ ਬੋਲਦੇ, ਉਹਦੀ ਗੱਲ ਉਹਦੇ ਅੱਗੇ ਨਾ ਬੋਲਦੇ, ਤੇ ਇਮਪੇਸ਼ੈਂਟਲੀ ਰਿਐਕਟ ਵੀ ਨਾ ਕਰੇ। ਦੋਨਾਂ ਦੀ ਸੁਣ ਕੇ 2-4 ਦਿਨ ਸਾਇਲੈਂਟਲੀ ਓਬਜ਼ਰਵ ਕਰੇ। ਦੋਨਾਂ ਦੇ ਅੱਗੇ ਇੱਕ ਵਾਰੀ ਹਾਂਜੀ ਕਰ ਦੇ, ਫਿਰ ਸਾਇਲੈਂਟਲੀ ਓਬਜ਼ਰਵ ਕਰੇ, ਤੇ ਸਾਇਲੈਂਟਲੀ ਓਬਜ਼ਰਵ ਕਰਕੇ ਸਮਝੋ ਛੁੱਟੀ ਵਾਲਾ ਦਿਨ ਹੈ, ਅੱਖਾਂ ਨਾਲ ਦੇਖਿਆ ਕਿ ਉਹ ਕੀ ਕਰਦੀ ਹੈ ਕੀ ਨਹੀਂ ਕਰਦੀ, ਤੇ ਆਪਣੇ ਵੱਲੋਂ ਸਮਝਾਉਣਾ ਚਾਹੀਦਾ ਕਿ ਅਸੀਂ ਨਾ ਦੋਨੋਂ ਮਿਲ ਕੇ ਚੱਲ ਅੱਜ ਕੰਮ ਕਰਦੇ ਹਾਂ। ਇਹ ਕਹਿਣ ਦੇ ਬਜਾਏ ਕਿ ਤੂੰ ਨਹੀਂ ਕਰਦੀ, ਚੱਲ ਆਪਾਂ ਅੱਜ ਪਹਿਲੇ ਕਿਚਨ ਦਾ ਕੰਮ ਕਰ ਲੈਂਦੇ ਹਾਂ ਫਿਰ ਆਪਾਂ ਘੁੰਮਣ ਜਾਵਾਂਗੇ। ਮਤਲਬ ਆਪਣਾ ਜੋ ਤਰੀਕਾ ਹੈ ਉਹ ਚੇਂਜ ਕਰ ਲੈਣਾ, ਉਹ ਚੇਂਜ ਕਰਨਾ ਪਏਗਾ ਕਿ ਬੋਲਣਾ ਜ਼ਰੂਰੀ ਹੈ। ਅਗਰ ਕੋਈ ਚੀਜ਼ ਦੇਖ ਰਹੇ ਨੇ ਕਿ ਸਹੀ ਨਹੀਂ ਹੋ ਰਹੀ ਹੈ ਤੇ ਉੱਥੇ ਬੋਲਣਾ ਜ਼ਰੂਰੀ ਹੈ, ਬਟ ਤਰੀਕਾ ਜੋ ਹੈ ਉਹ ਠੀਕ ਹੋਣਾ ਚਾਹੀਦਾ ਬੋਲਣ। ਸਟ੍ਰੇਟ ਵੇ ਤੁਸੀਂ ਕਿਸੇ ਨੂੰ ਬਲੇਮ ਨਾ ਕਰੋ, ਕਦੇ ਮਦਰ ਨੂੰ ਬਲੇਮ ਕਰਤਾ, ਕਦੇ ਵਾਈਫ ਨੂੰ ਬਲੇਮ ਕਰਤਾ, ਦੋਨਾਂ ਨੂੰ ਬਲੇਮ ਕਰਨ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਹੈ। ਯੁਕਤੀ ਨਾਲ ਕਦੇ ਮਦਰ ਦੀ ਗੱਲ ਰੱਖਣ ਦੇ ਵਾਸਤੇ, ਸਮਝੋ ਉਹਨੇ ਰੱਖਿਆ ਕਿਹਾ ਕਿ ਸੁੱਤੀ ਰਹਿੰਦੀ ਹੈ ਕੰਮ ਨਹੀਂ ਕਰਦੀ, ਤੇ ਤੁਸੀਂ ਮਦਰ ਨੂੰ ਜਾ ਕੇ ਤੇ ਕੁਝ ਨਾ ਕੁਝ ਕਰਕੇ ਦਿਖਾਓ। ਕਦੇ ਵਾਈਫ ਨੇ ਕਿਹਾ ਹੈ ਕਿ ਮੈਨੂੰ ਇੱਦਾਂ ਬੋਲਦੇ ਹੈ ਇੱਦਾਂ ਬੋਲਦੇ ਹੈ, ਤੇ ਕੋਈ ਦਿਨ ਦੇਖ ਕੇ ਮੌਕਾ ਤੇ ਮਦਰ ਦੇ ਅੱਗੇ ਉਹਨੂੰ ਦਿਖਾ ਦਿਓ ਕਿ ਇਹ ਠੀਕ ਕਰ ਰਹੀ ਹੈ। ਤਰੀਕੇ ਬਦਲਨੇ ਚਾਹੀਦੇ। ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ ਕਿ ਵਿਆਹ ਤੋਂ ਬਾਅਦ ਜਿੱਦਾਂ ਸੱਸਾਂ ਜੋ ਹੁੰਦੀ ਹੈ ਉਹ ਬਹੁਤ ਜ਼ਿਆਦਾ ਆਰਾਮ ਪਰਸਤ ਹੋ ਜਾਂਦੀ ਹੈ। ਮਤਲਬ ਉਹ ਸੋਚਦੀ ਹੈ ਹੁਣ ਸਾਡੀ ਡਿਊਟੀ ਤਾਂ ਖਤਮ ਹੋ ਗਈ ਹੈ, ਹੁਣ ਜੋ ਕਰਨਾ ਹੈ ਹੁਣ ਸਾਡੀ ਨੂੰਹ ਨੇ ਹੀ ਕਰਨਾ ਹੈ। ਭਲੇ ਹੀ ਉਹਨਾਂ ਦੀ ਕੁੜੀਆਂ ਨੇ ਨਹੀਂ ਕੀਤਾ ਹੋਏਗਾ, ਲੇਕਿਨ ਫਿਰ ਉਹ ਐਕਸਪੈਕਟੇਸ਼ਨ ਪੂਰੀ ਨੂੰਹ 'ਤੇ ਆ ਜਾਂਦੀ ਹੈ। ਫਿਰ ਉਸ ਚੱਕਰ 'ਚ ਨੂੰਹ ਜੋ ਹੈ ਉਹ
ਕਰਦੀ ਹੈ ਥੋੜੇ ਦਿਨ ਕਰਦੀ ਹੈ ਦਿਲ ਲਗਾ ਕੇ, ਲੇਕਿਨ ਉਸ ਤੋਂ ਬਾਅਦ ਫਿਰ ਉਹ ਪ੍ਰੈਸ਼ਰ ਸਮਝ ਕੇ ਕਰਨ ਲੱਗ ਜਾਂਦੀ ਹੈ ਕਿ ਆਪ ਤਾਂ ਕੁਛ ਕਰਦੇ ਨਹੀਂ, ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਹੈ। ਇਸ ਚੀਜ਼ ਨੂੰ ਕਿੱਦਾਂ ਬੈਲੈਂਸ ਕੀਤਾ ਜਾਵੇ? ਇਸ ਚੀਜ਼ ਵਾਸਤੇ ਦੋਨੋਂ ਪਾਸੋਂ ਧਿਆਨ ਰੱਖਣ ਦੀ ਲੋੜ ਹੈ। ਜੇ ਨੂੰਹ ਨੇ ਦੇਖਿਆ ਕਿ ਸੱਸ ਕੁਝ ਨਹੀਂ ਕਰ ਰਹੀ, ਹੁਕਮ ਹੀ ਚਲਾ ਰਹੀ ਹੈ, ਬਿਲਕੁਲ ਉਹਨੂੰ ਨੌਕਰਾਂ ਦੀ ਤਰ੍ਹਾਂ ਬਿਹੇਵ ਕਰ ਰਹੀ ਹੈ, ਤੇ ਪਹਿਲੇ ਤੇ ਦਿਲੋਂ ਰਿਸਪੈਕਟ ਨਾ ਛੱਡੇ, ਫਿਰ ਉਹਨੂੰ ਵੀ ਤਰੀਕੇ ਨਾਲ ਸੱਸ ਨੂੰ ਡੀਲ ਕਰਨਾ ਚਾਹੀਦਾ ਕਿ ਪਹਿਲੇ ਤੇ ਪੂਰੀ ਰਿਸਪੈਕਟ ਦੇ, ਹਾਂਜੀ ਹਾਂਜੀ ਕਰਦੀ ਰਹੇ, ਫਿਰ ਕੁਝ ਤਰੀਕੇ ਯੂਜ਼ ਕਰੇ ਕਿ ਮੰਮੀ ਮੈਨੂੰ ਇਹ ਕੰਮ ਨਹੀਂ ਆਉਂਦਾ, ਤੁਸੀਂ ਕਰਕੇ ਸਿਖਾਓ ਜ਼ਰਾ ਮੈਨੂੰ, ਮੈਂ ਕਰਨ ਨੂੰ ਤਿਆਰ ਹਾਂ, ਮੈਂ ਕਰ ਦਿਆਂਗੀ, ਪਰ ਤੁਸੀਂ ਮੈਨੂੰ ਦੱਸੋ, ਮੱਥੇ 'ਤੇ ਤ੍ਰਿੜਾ ਨਾ ਪਾਏ। ਹਾਂਜੀ, ਫਿਰ ਦੱਸੋ ਦੱਸੋ ਕਹਿ ਕੇ ਉਹਨਾਂ ਦੇ ਅੱਗੇ ਹਾਂਜੀ ਹਾਂਜੀ ਕਰਕੇ ਤਰੀਕੇ ਨਾਲ ਸਿੱਖਣ ਦੇ ਬਹਾਨੇ ਥੋੜ੍ਹਾ ਉਹਨਾਂ ਦੀ ਹੈਲਪ ਲਏ। ਕੋਈ ਗੱਲ ਸਮਝੋ, ਕੋਈ ਟਾਈਮ ਆਦਤ ਨਹੀਂ ਕੰਮ ਕਰਨ ਦੀ ਕੀਤਾ ਅਤੇ ਥੱਕ ਗਈ, ਅਤੇ ਸਿੱਧਾ ਜਾ ਕੇ ਸੋ ਜਾਣ ਦੇ ਬਜਾਏ ਰਿਕੁਐਸਟ ਕਰੇ, ਮੰਮੀ ਅੱਜ ਨਾ ਸਿਰ 'ਚ ਬਹੁਤ ਪੀੜ ਹੋ ਰਹੀ ਹੈ, ਅਤੇ ਮੈਂ ਇੰਨਾ 'ਤੇ ਕਰ ਲਿਆ, ਇੰਨਾ ਥੋੜ੍ਹਾ ਬਾਅਦ 'ਚ ਕਰ ਲਾਂ ਤਾਂ ਚੱਲੇਗਾ। ਤੇ ਕੋਈ ਵੀ ਇੰਨਾ ਤੇ ਅੰਦਰੋਂ ਡੈਵਿਲ ਨਹੀਂ ਹੁੰਦਾ ਕਿ ਕਿਸੇ ਦੀ ਤਬੀਅਤ ਨਾ ਸਮਝੇ, ਤੇ ਨਹੀਂ ਤੇ ਇਸ ਤਰ੍ਹਾਂ ਨਹੀਂ ਕਿ ਆਪਾਂ ਕੁੜ ਕੁੜ ਕਰਦੇ ਇੱਕ ਹਫ਼ਤਾ ਕੀਤਾ ਹੁਣ ਤੇ ਮੈਂ ਕਰਦੀ ਨਹੀਂ, ਮੰਮੀ ਨੇ ਕਰਨਾ ਕਰਨ, ਨਹੀਂ ਤੇ ਮੈਂ ਤਾਂ ਸੋ ਜਾਣਾ। ਅੰਦਰ ਕੁੜ ਕੁੜ ਕਰਨ ਦੇ ਬਜਾਏ ਉੱਪਰੋਂ ਰਿਸਪੈਕਟਫੁੱਲੀ ਜਾ ਕੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਕੰਮ ਅੱਜ ਮੇਰੇ ਤੋਂ ਹੋ ਨਹੀਂ ਪਾ ਰਿਹਾ ਅਤੇ ਤੁਸੀਂ ਮੈਨੂੰ ਹੈਲਪ ਕਰੋ। ਕਦੇ ਟ੍ਰੇਨਿੰਗ ਲੈਣ ਦੇ ਬਹਾਨੇ, ਅਤੇ ਕਦੇ ਆਪਣੀ ਤਬੀਅਤ ਦੱਸ ਕੇ, ਅਤੇ ਕਦੇ ਤੁਸੀਂ ਮਿੱਠੇ ਵੱਲੋਂ ਮਿੱਠੇ ਤਰੀਕੇ ਨਾਲ ਕਹਿ ਵੀ ਸਕਦੇ ਹੋ ਕਿ ਮੰਮੀ ਮੈਂ ਖਾਣਾ ਬਣਾ ਰਹੀ ਹਾਂ ਤੇ ਡੈਡੀ ਆ ਗਏ ਨੇ, ਤੁਸੀਂ ਜ਼ਰਾ ਉਹਨਾਂ ਨੂੰ ਸਰਵ ਕਰ ਦਿਓਗੇ। ਮਿੱਠੇ ਤਰੀਕੇ ਨਾਲ, ਇਹ ਨਹੀਂ ਕਿ ਕਦੇ ਗੁੱਸਾ ਆਇਆ ਤੇ ਸਿੱਧਾ ਹੀ ਤੁਸੀਂ ਬਰਸਟ ਹੋ ਗਏ ਕਿ ਆਪ ਤੇ ਕੁਝ ਕਰਦੇ ਨਹੀਂ, ਮੈਂ ਹੀ ਕਰਦੀ ਰਹਾਂ। ਯੂਜ਼ਲੀ ਹੁੰਦਾ ਉਦਾਂ ਹੀ ਹੈ ਨਾ, ਕਿਉਂਕਿ ਪ੍ਰੈਸ਼ਰ ਲੈ ਕੇ ਕੰਮ ਕਰਦੇ ਆ, ਸੋਚਦੇ ਆ ਸਾਰਾ ਮੈਨੂੰ ਹੀ ਕਰਨਾ ਪੈ ਰਿਹਾ ਹੈ, ਔਰ ਜਦੋਂ ਬੋਲਣ ਲੱਗਦੇ ਆ ਤੇ ਫਿਰ ਉਹ ਨਾ ਚਾਹੁੰਦੇ ਹੋਏ ਵੀ ਮੂੰਹ ਤੋਂ ਉਹੋ ਜਿਹੇ ਸ਼ਬਦ ਨਿਕਲ ਜਾਂਦੇ ਆ। ਤੇ ਮਦਰਸ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਕਿ ਤੁਹਾਡੀ ਨੂੰਹ ਆਈ ਹੈ, ਸਰਵੈਂਟ ਨਹੀਂ ਆਈ, ਤੁਹਾਡੀ ਆਪਣੀ ਬੇਟੀ ਆਈ ਹੈ। ਤੇ ਹੋ ਸਕਦਾ ਤੁਹਾਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੋਏ, ਚਲੋ ਉਹਦੇ ਤੋਂ ਹੈਲਪ ਲੈ ਲਓ, ਪਰ ਜਿੰਨੇ ਤੱਕ ਤੁਹਾਡੇ ਅੰਦਰ ਐਨਰਜੀ ਹੈ ਡੋਮੈਸਟਿਕ ਕੰਮਾਂ ਵਿੱਚ, ਜ਼ਰੂਰ ਤੁਹਾਨੂੰ ਨਾਲ ਲੱਗਣਾ ਚਾਹੀਦਾ, ਇਹ ਤੁਹਾਡਾ ਨੈਤਿਕ ਫਰਜ਼ ਹੈ। ਪਰ ਦੀਦੀ, ਇੱਥੇ ਇਹ ਵੀ ਦੇਖਿਆ ਜਾਂਦਾ ਹੈ ਕਿ ਜਿੱਦਾਂ ਆਪਾਂ, ਜੇ ਆਪਣੀ ਖੁਦ ਦੀ ਬੇਟੀ ਹੈ, ਆਪਣੀ ਕੁੜੀ ਹੈ, ਮਾਂ ਅਗਰ ਉਹਨੂੰ ਕੁਛ ਵੀ ਕਹਿ ਦਿੰਦੀ ਹੈ ਗੁੱਸੇ 'ਚ ਵੀ, ਤਾਂ ਵੀ ਬੁਰਾ ਨਹੀਂ ਲੱਗਦਾ, ਲੇਕਿਨ ਨੂੰਹ ਨੂੰ ਬੋਲਣ ਲੱਗ ਗਿਆ, ਮੰਨ ਲਓ ਅਗਰ ਇਹ ਦੇਖ ਰਿਹਾ ਕਿ ਨੂੰਹ ਠੀਕ ਨਹੀਂ ਕਰ ਰਹੀ, ਸਵੇਰ ਦਾ ਹੁਣ ਨਾਸ਼ਤਾ ਬਣਾਉਣ ਦਾ ਟਾਈਮ ਹੋ ਗਿਆ, ਹਾਲੇ ਤੱਕ ਉੱਠੀ ਨਹੀਂ, ਟਾਈਮ ਹੋ ਗਿਆ, ਹੈ ਨਾ, ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਤਿੰਨ ਦਿਨ ਦੇਖਿਆ, ਫਿਰ ਚੌਥੇ ਦਿਨ ਜਾ ਕੇ ਸੱਸ ਨੇ ਕਹਿ ਤਾ ਬਈ ਇਹ ਠੀਕ ਨਹੀਂ ਹੈ, ਬਈ ਤੈਨੂੰ ਟਾਈਮ 'ਤੇ ਉੱਠਣਾ ਚਾਹੀਦਾ, ਸਵੇਰੇ ਨਾਸ਼ਤਾ ਬਣਾਉਣਾ ਚਾਹੀਦਾ, ਉੱਥੇ ਫਿਰ ਉਹ ਜੋ ਗੱਲ ਚੁੱਭ ਜਾਂਦੀ ਹੈ ਨੂੰਹ ਨੂੰ, ਅਤੇ ਉਹ ਵਾਲੀ ਭਾਵਨਾ ਕਿੱਦਾਂ ਜਾਵੇ? ਬਿਕੋਜ਼ ਤੁਸੀਂ ਕੁੜੀ ਨੂੰ ਕਹਿ ਦਿਓਗੇ ਕਦੋਂ ਵੀ ਕਹਿ ਸਕਦੇ ਹੋ ਨਾ, ਲੇਕਿਨ ਜਦੋਂ ਤੁਸੀਂ ਨੂੰਹ ਨੂੰ ਕਹੋਗੇ ਤੁਹਾਨੂੰ ਸਿਸਟਮੈਟਿਕ ਵੀ ਅਗਰ ਤੁਸੀਂ ਕਹਿੰਦੇ ਹੋ ਤਾਂ ਵੀ ਗੱਲ ਚੁੱਪ ਜਾਂਦੀ ਹੈ ਕਿ ਮੈਨੂੰ ਇੱਦਾਂ ਕਹਿ ਤਾ ਮੰਮੀ ਨੇ। ਨੂੰਹ ਨੂੰ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਕਿ ਕੰਮ ਕਰਨ ਨਾਲ ਕਦੇ ਕੋਈ ਮਰਦਾ ਨਹੀਂ, ਜ਼ਿਆਦਾ ਆਰਾਮ ਕਰਨ ਨਾਲ ਕਦੇ ਕੋਈ ਜ਼ਿਆਦਾ ਮੋਟਾ ਜਾਂ ਜ਼ਿਆਦਾ ਤਗੜਾ ਹੋ ਨਹੀਂ ਜਾਂਦਾ, ਤੇ ਜ਼ਿਆਦਾ ਸੋਹਣਾ ਇਹ ਅੱਜ ਕੱਲ੍ਹ ਦੀ ਨਵੀਂ ਕੁੜੀਆਂ ਦੀ ਇੱਕ ਫਿਤਰਤ ਹੋ ਗਈ ਹੈ, ਉਹ ਆਮ ਇਹ ਸਮਝਦੇ ਆ ਕਿ ਦੇਰ ਨਾਲ ਸੋਹਣਾ, ਦੇਰ ਨਾਲ ਉੱਠਣਾ, ਇਹ ਸਾਡੀ ਜਿੱਦਾਂ ਦੀ ਸ਼ਾਨ ਹੋ ਗਈ ਹੈ। ਨਹੀਂ, ਅਸਲੀ ਸ਼ਾਨ ਸਾਡੀ ਹੈਗੀ ਹੈ ਸਾਡਾ ਟਾਈਮ ਟੇਬਲ ਅਸੀਂ ਆਪਣੇ ਆਪ ਠੀਕ ਰੱਖੀਏ, ਅਸੀਂ ਮੌਜ ਮਸਤੀ ਦੇ ਮੀਨਿੰਗ ਬਦਲ ਦਿੱਤੇ ਹੈ। ਅਸੀਂ ਇਹ ਸਮਝਦੇ ਹਾਂ ਕਿ ਜ਼ਿਆਦਾ ਫਿਲਮਾਂ ਦੇਖੀਆਂ, ਫੈਸ਼ਨ 'ਤੇ ਪਾਰਟੀਆਂ 'ਚ ਗਏ, ਲੇਟ ਨਾਈਟ ਪਾਰਟੀਜ਼ ਕੀਤੀਆਂ, ਲੇਟ ਆ ਕੇ ਸੁੱਤੇ, ਅਤੇ ਇਹ ਸ਼ਾਇਦ ਸਾਡੀ ਐਡਵਾਂਸਮੈਂਟ ਹੈ। ਨਹੀਂ, ਇਹ ਸਾਡੀ ਹੈਲਥ ਦੇ ਵਾਸਤੇ ਵੀ ਖਰਾਬ ਚੀਜ਼ ਹੈ, ਸਾਡੇ ਰਿਲੇਸ਼ਨਸ ਦੇ ਵਾਸਤੇ ਵੀ ਖਰਾਬ ਚੀਜ਼ ਹੈ। ਅਸਲੀ ਮੌਜ ਮਸਤੀ ਉਹ ਹੁੰਦੀ ਹੈ ਜਿਹੜੀ ਪ੍ਰੋਲੋਂਗ ਕਰੇ, ਜਿਹੜੀ ਕਈ ਦਿਨਾਂ ਤੱਕ ਸੇਮ ਚੱਲਦੀ ਰਹੇ, ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਜਿਹੜੇ ਪਰਿਵਾਰ 'ਚ ਆਪਾਂ ਰਹਿੰਦੇ ਹਾਂ ਸਾਡੇ ਤੋਂ ਵੱਡੇ ਵੀ ਹੈਗੇ ਆ, ਸਾਡੇ ਨਾਲ ਦੇ ਕੋਈ ਦੇਵਰ ਅਤੇ ਆਨੰਦਾਂ ਵੀ ਹੋਣਗੀਆਂ, ਸਾਡੇ ਬੱਚੇ ਵੀ ਹੋਣਗੇ, ਉਹਨਾਂ ਸਾਰਿਆਂ ਦਾ ਫਾਇਦਾ ਆਪਾਂ ਸੋਚ ਕੇ ਚੱਲੀਏ, ਇਹੀ ਸਭ ਤੋਂ ਵੱਡੀ ਮੌਜ ਵੀ ਹੈ ਅਤੇ ਮਸਤੀ ਵੀ ਹੈ। ਅਸਲੀ ਮੌਜ ਅਤੇ ਮਸਤੀ ਉਹ ਹੁੰਦੀ ਹੈ ਜਿਹਦੇ ਅੰਦਰ ਗਿਲਟ ਨਾ ਹੋਵੇ, ਤੇ ਜਿਹਦੇ ਅੰਦਰ ਦੂਜਿਆਂ ਨੂੰ ਦੁੱਖ ਦੇਣ ਦੀ ਭਾਵਨਾ ਨਾ ਹੋਵੇ। ਤੇ ਅਸਲੀ ਮੌਜ ਇਹ ਹੈ ਜਿਹੜੀ ਮਿਲ ਕੇ ਕੀਤੀ ਜਾਵੇ, ਮਿਲ ਕੇ ਸਿਰਫ ਬਾਹਰ ਦੀ ਗੱਲ ਨਹੀਂ ਹੈ, ਆਪਣੇ ਘਰ ਦੇ ਅੰਦਰ ਵੀ। ਸਮਝੋ ਸੱਸ ਬੁੱਢੀ ਹੈ ਤੇ ਉਹਨੂੰ ਕੋਈ ਪੇਨ ਹੈ, ਤੇ ਆਪਾਂ ਦੇਰ ਨਾਲ ਆ ਰਹੇ ਹਾਂ, ਉਹਨੂੰ ਰੋਟੀ ਪੁੱਛਣ ਵਾਲਾ ਕੋਈ ਨਹੀਂ, ਜੇ ਉਹਨੂੰ ਉਹਨੇ ਸਾਨੂੰ ਕੋਈ ਸ਼ਿਕਾਇਤ ਕਰਤੀ ਕਿ ਮੈਨੂੰ ਰੋਟੀ ਨਹੀਂ ਮਿਲੀ ਜਾਂ ਤੂੰ ਸਵੇਰੇ ਦੇਰ ਨਾਲ ਉੱਠੀ, ਤੇ ਬਹੁਤ ਦਾ ਇਹ ਫਰਜ਼ ਹੈ ਕਿ ਬੇਟੀ ਬਣ ਜਾਏ, ਉਹਦੇ ਪੇਨ ਨੂੰ ਆਪਣਾ ਪੇਨ ਸਮਝੇ। ਜੇ ਆਪਣਾ ਸਮਝਾਂਗੇ ਤੇ ਕੱਲ ਤੋਂ
ਕੱਲ ਨੂੰ ਉਹ ਵੀ ਸਾਡੇ ਪਿੰਡ ਨੂੰ ਆਪਣਾ ਸਮਝਣਗੇ ਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਨੈਤਿਕ ਨਿਯਮਾਂ ਦਾ ਪਾਲਣ ਕਰੀਏ। ਇੱਕ ਹੋਰ ਫੈਕਟਰ ਜੋ ਦੇਖਿਆ ਜਾਂਦਾ ਹੈ ਏਜ ਡਿਫਰੈਂਸ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟਰ ਹੈ। ਜਿੱਦਾਂ ਜਦੋਂ ਸੱਸ ਨੂੰ ਸੀ ਉਦੋਂ ਕੋਈ ਹੋਰ ਤਰੀਕੇ ਸੀ, ਲੇਕਿਨ ਹੁਣ ਜਦੋਂ ਉਹਦੀ ਨੂੰਹ ਆਈ ਹੈ ਤੇ ਹੁਣ ਉਹ ਮਾਡਰਨ ਤਰੀਕੇ ਨਾਲ ਆਈ ਹੈ ਤੇ ਉਹ ਘਰ ਆਪਣਾ ਮਾਡਰਨ ਤਰੀਕੇ ਨਾਲ ਚਲਾਉਣਾ ਚਾਹੁੰਦੀ ਹੈ। ਉਹਨਾਂ ਨੂੰ ਮੌਜ ਮਸਤੀ ਵੀ ਚਾਹੀਦੀ ਹੈ, ਪਾਰਟੀ ਵੀ ਕਰਨੀ ਹੈ, ਘਰ ਵੀ ਸੰਭਾਲਣਾ ਹੈ ਔਰ ਪਰਿਵਾਰ ਨੂੰ ਵੀ ਟਾਈਮ ਦੇਣਾ ਔਰ ਕੰਮ ਵੀ ਕਰਨਾ ਹੈ, ਤੇ ਇਹਨਾਂ ਸਭ ਚੀਜ਼ਾਂ ਨੂੰ ਲੈ ਕੇ ਕਿੱਦਾਂ ਚੱਲਿਆ ਜਾਏ? ਇਹਦੇ ਵਿੱਚ ਦੋਨੋਂ ਜਨਰੇਸ਼ਨਸ ਨੂੰ ਥੋੜ੍ਹਾ ਥੋੜ੍ਹਾ ਨੇੜੇ ਆਉਣਾ ਪੈਣਾ। ਨੇੜੇ ਆਉਣ ਦੇ ਵਾਸਤੇ ਜ਼ਰੂਰੀ ਹੈ ਸਮਝੋ ਕਿ ਨੂੰ ਸੱਸ ਤੋਂ 40 ਸਾਲ ਛੋਟੀ ਹੈ, ਕਿ ਉਹ ਤੇ 25 ਸਾਲਾਂ ਦੀ ਹੈ, ਉਹ ਵੱਡੀ ਹੈ ਉਸ ਤੋਂ 50 ਸਾਲ ਦੀ ਹੈ, ਤੇ ਇੰਨਾ ਕੁ ਡਿਫਰੈਂਸ ਹੈ ਤੇ ਦੋਨਾਂ ਨੂੰ ਆਪਣੀ ਆਪਣੀ ਏਜ ਤੋਂ ਥੋੜ੍ਹਾ ਜਿਹਾ ਚੇਂਜ ਕਰਨਾ ਪੈਣਾ। ਨੂੰਹ ਹੈ ਉਹਨੂੰ ਆਪਣੀ ਏਜ ਤੋਂ 15-20 ਸਾਲ ਪਿੱਛੇ ਜਾਣਾ ਪੈਣਾ, ਔਰ ਜਿਹੜੀ ਸੱਸ ਹੈ ਉਹਨੂੰ ਆਪਣੀ ਏਜ ਤੋਂ ਥੋੜ੍ਹਾ ਜਿਹਾ ਐਡਵਾਂਸ ਆਉਣਾ ਪੈਣਾ, ਤੇ ਦੋਨੋਂ ਇੱਕ ਦੂਜੇ ਨੂੰ ਤਾਂ ਹੀ ਐਕਸੈਪਟ ਕਰ ਸਕਣਗੇ ਕਿ ਐਡਵਾਂਸਮੈਂਟ ਹੁਣ ਗੁੰਡ ਨਹੀਂ ਚੱਲਣਾ, ਹੁਣ ਉਹਨਾਂ ਨੂੰ ਥੋੜ੍ਹੀ ਜਿਹੀ ਸਾਨੂੰ ਆਜ਼ਾਦੀ ਦੇਣੀ ਪੈਣੀ ਹੈ। ਜੋ ਆਪਣੇ ਘਰਾਂ 'ਚ ਪੈਂਟਾਂ ਪਾ ਕੇ ਆਉਂਦੀ ਰਹੀ ਹੈ ਤੇ ਹੁਣ ਜੋ ਸੂਟ ਪਾ ਕੇ ਇੱਥੇ ਘਰ 'ਚ ਘੁੰਮਦੀ ਹੈ ਉਹ ਗੁੰਡ ਨਹੀਂ ਕੱਢਦੀ, ਚੱਲੇਗਾ, ਐਕਸੈਪਟ ਕਰਨਾ ਪੈਣਾ ਉਸ ਤਰ੍ਹਾਂ ਦਾ। ਤੇ ਕੁੜੀ ਨੂੰ ਵੀ ਐਕਸੈਪਟ ਕਰਨਾ ਪਏਗਾ ਕਿ ਜੇ ਮੈਂ ਆਪਣੀ ਏਜ ਵਿੱਚ ਇੰਨਾ ਕਾਲਜ ਵਿੱਚ ਘੁੰਮਦੀ ਸੀ, ਇਸ ਤਰ੍ਹਾਂ ਕਰਦੀ ਸੀ, ਇਸ ਤਰ੍ਹਾਂ ਆਪਾਂ ਲੜਕਿਆਂ ਨਾਲ ਘੁੰਮਦੇ ਸੀ, ਤੇ ਹੁਣ ਸ਼ਾਦੀ ਦੇ ਬਾਅਦ ਵੱਡਿਆਂ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਤੇ ਚੇਂਜ ਹੋਣਾ ਪੈਣਾ। ਤੇ ਦੋਨੋਂ ਪਾਸੇ ਵਿਆਹ ਤੋਂ ਪਹਿਲਾਂ ਹੀ ਇੱਕ ਮੈਂਟਲ ਪ੍ਰਿਪਰੇਸ਼ਨ ਹੋਣੀ ਚਾਹੀਦੀ ਹੈ, ਇਸ ਤਰ੍ਹਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਉਹ ਟ੍ਰੇਨਿੰਗ ਹੈ ਚੇਂਜ ਦੀ, ਕਿ ਅਸੀਂ ਜਿੱਥੇ ਖੜੇ ਹਾਂ ਉੱਥੋਂ ਚੇਂਜ ਕਰਨਾ ਹੀ ਸਾਡੀ ਰੀਅਲ ਪ੍ਰੋਗਰੈਸ ਹੈ। ਜਿਹੜਾ ਰਿਜਿਡ ਹੈ ਉਹ ਮਰ ਜਾਂਦਾ ਹੈ, ਜਿਹੜਾ ਫਲੈਕਸੀਬਲ ਹੈ ਉਹ ਜਿੰਦਾ ਰਹਿੰਦਾ ਹੈ। ਜਿਹਦੇ ਵਾਸਤੇ ਕਹੀਦਾ ਹੀ ਹੈ ਕਿ ਝੁਕਤੇ ਵਹੀ ਹੈ ਜਿਨਮੇ ਜਾਨ ਹੋਤੀ ਹੈ, ਅਕੜੇ ਰਹਿਣਾ ਮੁਰਦੇ ਕੀ ਪਹਿਚਾਨ ਹੋਤੀ ਹੈ, ਤੇ ਆਪਣੀ ਗੱਲਾਂ ਤੇ ਅੜੇ ਰਹਿਣਾ ਇਹ ਸਾਡੀ ਲਾਈਫ ਦੀ ਡੈਥ ਹੈ। ਤੇ ਆਪਣੀ ਗੱਲਾਂ ਤੋਂ ਮੋਲਡ ਹੋ ਜਾਣਾ, ਫਲੈਕਸੀਬਲ ਹੋ ਜਾਣਾ, ਇਹ ਹੀ ਸਾਡੇ ਜੀਵਨ ਦਾ ਅਸਲੀ ਫਲੋ ਹੈ। ਜਿਸ ਤਰ੍ਹਾਂ ਪਾਣੀ ਦੀ ਫਿਤਰਤ ਹੈ, ਪਾਣੀ ਦਾ ਫਲੋ ਕਿਉਂ ਹੁੰਦਾ? ਜਿਹੜੀ ਜਗ੍ਹਾ ਤੇ ਉਹ ਹੈਗਾ ਉਹਨੂੰ ਖੁਸ਼ੀ ਨਾਲ ਛੱਡ ਕੇ ਅੱਗੇ ਤੁਰ ਪੈਂਦਾ। ਤੇ ਇਸੇ ਕਰਕੇ ਪਾਣੀ 'ਚ ਐਨਰਜੀ ਹੈ, ਉਹਦੇ ਨਾਲ ਤੁਸੀਂ ਬਿਜਲੀ ਪੈਦਾ ਕਰ ਸਕਦੇ ਹੋ, ਖੇਤਾਂ ਦੀ ਸਿੰਚਾਈ ਕਰ ਸਕਦੇ ਹੋ। ਤੁਸੀਂ ਕਹਿੰਦੇ ਹੋ ਜਲ ਹੀ ਜੀਵਨ ਹੈ, ਕਿਉਂਕਿ ਉਹ ਬਲੌਕ ਨਹੀਂ ਹੋ ਗਿਆ, ਉਹ ਤੁਰਦਾ ਰਹਿੰਦਾ। ਇਸੇ ਤਰ੍ਹਾਂ ਹੀ ਜਿੱਥੇ ਅਸੀਂ ਹੈਗੇ ਹਾਂ ਉਹ ਹੌਲੀ ਹੌਲੀ ਆਪਾਂ ਚੇਂਜ ਕਰਦੇ ਰਹੀਏ ਕਰਦੇ ਰਹੀਏ, ਇਹੀ ਸਾਡੀ ਸੋਸਾਇਟੀ ਦੀ ਜਾਨ ਹੈਗੀ ਹੈ। ਫਲੈਕਸੀਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਚੇਂਜ ਹੋਣਾ, ਕਹਿੰਦੇ ਵੀ ਹੈ ਨਾ ਵੀ ਸੰਸਾਰ ਦਾ ਨਿਯਮ ਹੈ ਬਦਲਾਵ, ਔਰ ਅਗਰ ਇਹ ਬਦਲਾਵ ਜ਼ਿੰਦਗੀ 'ਚ ਆ ਜਾਏ ਤਾਂ ਫਿਰ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਅਗਰ ਬਦਲਾਵ ਕਰ ਲਈਏ ਤਾਂ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਹੈ। ਇੱਕ ਜਿਵੇਂ ਤੁਹਾਡੇ ਤੋਂ ਲਾਸਟ ਕੁਸ਼ਚਨ ਪੁੱਛਣਾ ਚਾਹੁੰਦੀ ਹਾਂ ਕਿ ਇਹੋ ਜਿਹਾ ਕੋਈ ਮੂਲ ਮੰਤਰ ਦੱਸੋ ਸਾਡੇ ਇਸ ਪ੍ਰੋਗਰਾਮ ਨੂੰ ਜੋ ਵੀ ਦੇਖ ਰਹੇ ਨੇ, ਕਿ ਉਹਨਾਂ ਦੇ ਇਹ ਜੋ ਰਿਸ਼ਤਾ ਹੈ ਸੱਸ ਔਰ ਨੂੰਹ ਦਾ, ਇਹ ਹੋਰ ਅੱਛਾ ਔਰ ਮਧੁਰ ਹੋ ਜਾਵੇ, ਤਾਂ ਤੁਸੀਂ ਕੀ ਸਿੱਖ ਦੇਣਾ ਚਾਹੋਗੇ? ਇਹਦੇ 'ਚ ਇੱਕੋ ਗੱਲ ਧਿਆਨ ਰੱਖੋ ਕਿ ਇੱਕ ਨੇ ਕਹੀ, ਦੂਜੇ ਨੇ ਮੰਨੀ, ਸਮਝੋ ਦੋਨੋਂ ਹੀ ਬ੍ਰਹਮ ਗਿਆਨੀ। ਕਿਉਂਕਿ ਦੂਜੇ ਦੇ ਕਹੇ ਨੂੰ ਤੁਸੀਂ ਕਰੈਕਟ ਕਰਨ ਦੇ ਬਜਾਏ ਇਹ ਸੋਚ ਲੈਣਾ ਚਾਹੀਦਾ ਹੈ ਕਿ ਮੰਨਣ 'ਚ ਮੇਰਾ ਕੀ ਜਾਂਦਾ। ਅਸੀਂ ਜੇ ਦੇਖੀਏ ਹਰ ਝਗੜੇ ਵਿੱਚ 99% ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਜਿਨ੍ਹਾਂ ਨੂੰ ਮੰਨਣ 'ਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਥੋੜ੍ਹਾ ਜਿਹਾ ਹੀ ਚੇਂਜ ਹੁੰਦਾ ਕਿ ਤਾ ਤੇ ਤੀ ਕਾ ਕੇ ਕੀ ਇੰਨਾ ਕੁ ਫਰਕ ਹੁੰਦਾ। ਸਿਰਫ ਮੈਂ ਕਿਹਾ ਹੈ ਐਸੇ ਕਰਕੇ ਆਪਾਂ ਅੜ ਜਾਂਦੇ ਹਾਂ, ਤੇ ਮੈਂ ਕਿਹਾ ਜਿੰਨਾ ਇੰਪੋਰਟੈਂਟ ਹੈ ਦੂਜੇ ਨੇ ਕਿਹਾ ਵੀ ਓਨਾ ਹੀ ਇੰਪੋਰਟੈਂਟ ਹੁੰਦਾ ਹੈ। ਤੇ ਹਰ ਦੂਜਾ ਇਨਸਾਨ ਜਿਹੜਾ ਮੇਰੇ ਤੋਂ ਹੈਗਾ ਹੈ ਉਹ ਓਨਾ ਹੀ ਇੰਪੋਰਟੈਂਟ ਹੈ ਜਿੰਨੀ ਮੈਂ ਆਪ ਹੈਗੀ ਹਾਂ। ਤੇ ਦੂਜੇ ਨੂੰ ਆਪਣੀ ਜਗ੍ਹਾ ਰੱਖ ਦੇਣਾ ਚਾਹੀਦਾ, ਜਿਹਦੇ ਵਾਸਤੇ ਕਿਹਾ ਜਾਂਦਾ ਸਾਸ ਵੀ ਕਭੀ ਬਹੂ ਥੀ, ਹੈ ਨਾ, ਤੇ ਉਹ ਰਿਸ਼ਤੇ ਵੀ ਇਸ ਤਰ੍ਹਾਂ ਦੇ ਹੈਗੇ ਆ ਨਾ, ਤੇ ਆਪਣੀ ਜਗ੍ਹਾ ਉਹਨੂੰ ਰੱਖ ਦਿਓ। ਤੇ ਜਿਹੜੀ ਸੱਸ ਬਣੀ ਹੈ ਉਹਨੂੰ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਦੇ, ਇੱਕ ਦੂਜੇ ਨੂੰ ਇੱਕ ਦੂਜੇ ਦੀ ਜਗ੍ਹਾ ਰੱਖ ਕੇ ਦੇਖੋਗੇ ਤਾਂ ਦੋਵੇਂ ਹੀ ਸਹੀ ਲੱਗਣਗੇ। ਜੇ ਆਪਾਂ ਆਪਣੀ ਆਪਣੀ ਜਗ੍ਹਾ ਅੜ ਜਾਂਦੇ ਹਾਂ ਤੇ ਤਾਂ ਦੋਨੋਂ ਹੀ ਗਲਤ ਲੱਗਣ ਲੱਗ ਜਾਂਦੇ ਆ। ਤੇ ਇਸੇ ਕਰਕੇ ਇਹ ਥੋਟ ਦੀ ਰਿਪਲੇਸਮੈਂਟ ਹੈ,
ਸਿਰਫ ਏਮ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ 'ਚ ਕੁਝ ਹੋ ਜਾਏ, ਆਪਾਂ ਆਪਸ 'ਚ ਨਹੀਂ ਲੜਾਂਗੇ। ਜਿਹੜੇ ਵੀ ਘਰਾਂ 'ਚ ਸੱਸਾਂ ਅਤੇ ਨੂੰਹਾਂ ਇਹ ਗੱਲ ਸੁਣ ਰਹੀਆਂ, ਉਹ ਦੋਨੋਂ ਆਪਸ 'ਚ ਹੱਥ ਮਿਲਾਣ, ਗਲੇ ਮਿਲਣ ਅਤੇ ਆਪਸ 'ਚ ਇਹ ਪ੍ਰਤਿਗਿਆ ਕਰ ਲੈਣ ਕਿ ਸਾਡੀ ਸਭ ਤੋਂ ਵੱਡੀ ਸ਼ਾਨ, ਸਭ ਤੋਂ ਵੱਡੀ ਪ੍ਰੋਗਰੈਸ ਇਹ ਹੈ ਕਿ ਆਪਾਂ ਅੱਜ ਦੇ ਬਾਅਦ ਕਿਸੇ ਗੱਲਾਂ 'ਤੇ ਲੜਨਾ ਨਹੀਂ, ਰੁਸਣਾ ਨਹੀਂ ਅਤੇ ਇੱਕ ਦੂਜੇ ਦੀ ਆਪਾਂ ਨਿੰਦਾ ਨਹੀਂ ਕਰਨੀ। ਕਿਸੇ ਵੀ ਹਾਲਤ ਵਿੱਚ ਆਪਾਂ ਇੱਕ ਦੂਜੇ ਦੀ ਪ੍ਰਸ਼ੰਸਾ ਹੀ ਕਰਨੀ ਹੈ ਅਤੇ ਇੱਕ ਦੂਜੇ ਨੂੰ ਸੁੱਖ ਦੇਣ ਦਾ ਹੀ ਸੋਚਣਾ ਹੈ। ਇੰਨੀ ਕੁ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਲੈਣ ਅਤੇ ਆਪਣੇ ਘਰਾਂ ਨੂੰ ਅਸੀਂ ਅੱਜ ਵੀ ਸਵਰਗ ਬਣਾ ਸਕਦੇ ਹਾਂ। ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਅੱਜ ਦੀ ਪੂਰੀ ਚਰਚਾ ਨੂੰ ਖਤਮ ਕੀਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਪੂਰੀ ਚਰਚਾ ਲਈ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਕਿੰਨਾ ਸੌਖਾ ਹੈ ਸਾਡੇ ਰਿਸ਼ਤਿਆਂ ਨੂੰ ਹੋਰ ਮਧੁਰ ਬਣਾਉਣਾ, ਲੇਕਿਨ ਛੋਟੀ ਛੋਟੀ ਗੱਲਾਂ ਨੂੰ ਅਸੀਂ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹਾਂ। ਜਿੱਦਾਂ ਕਿ ਦੀਦੀ ਨੇ ਕਿਹਾ ਕਿ ਅੱਜ ਲੋੜ ਹੈ ਆਪਣੇ ਆਪ ਨੂੰ ਬਦਲਣ ਦੀ, ਇੱਕ ਦੂਸਰੇ ਨੂੰ ਆਪਣੇ ਜੇ ਨੇੜੇ ਲੈ ਕੇ ਆਉਣਾ ਹੈ ਤਾਂ ਇੱਕ ਦੂਸਰੇ ਦਾ ਵਿਊ ਪੁਆਇੰਟ ਸਮਝਣਾ ਪਏਗਾ, ਇੱਕ ਨਵੀਂ ਸੋਚ ਲੈ ਕੇ ਆਉਣੀ ਪਏਗੀ, ਤਾਂ ਹੀ ਅਸੀਂ ਆਪਣੇ ਘਰ ਨੂੰ ਮਧੁਰ ਔਰ ਸਵਰਗ ਬਣਾ ਸਕਦੇ ਹਾਂ। ਫਿਰ ਮਿਲਾਂਗੇ ਅਗਲੀ ਕੜੀ 'ਚ, ਤਬ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994137, ਈਮੇਲ punjabi.gws@gmail.com। ਸੱਚੇ ਦਿਲ ਤੇ ਸਾਹਿਬ ਰਾਜੀ ਹੁੰਦੇ ਨੇ, ਨਈਆ ਜਗ ਦੀ ਉਹੀ ਪਾਰ ਲਗਾਉਂਦੇ ਨੇ।